15 ਸਾਲਾਂ ਵਿੱਚ ਪਹਿਲਾਂ ਕੋਈ ਟ੍ਰੈਫਿਕ ਨਹੀਂ ਹੁੰਦਾ, ਇਹ ਬੜਾ ਹੁਣ ਟ੍ਰੈਫਿਕ ਆ, ਅਤੇ ਕਾਰ ਵਾਲੇ ਜਿਹੜੇ ਆ ਦੇਖਦੇ ਨਹੀਂ, ਕਾਰ ਵਾਲੇ ਮੋਟਰਸਾਈਕਲ ਹੋਏ ਦੇਖਦੇ ਨੇ, ਥੱਲੇ ਉਹਨੂੰ ਲੈ ਕੇ ਮਾਰ ਦਿੰਦੇ ਆ, ਅਤੇ ਕਾਰਤੂਸ ਲਾ ਦਿੰਦੇ ਵੱਡੀ ਗੱਡੀ ਵਾਲੇ ਨੂੰ। ਬਹੁਤ ਗਲਤ ਬਣਿਆ ਜੀ, ਇਹ ਬਹੁਤ ਗਲਤ ਬਣਿਆ। ਡਰਾਈਵਰ ਬੰਦਾ ਵਿਚਾਰਾ ਕਿੱਥੋਂ ਦਊ 7 ਲੱਖ ਰੁਪਈਏ? 7 ਲੱਖ ਰੁਪਈਏ 7,000 ਤਨਖਾਹ ਡਰਾਈਵਰ ਦਾ, ਅਤੇ 7 ਲੱਖ ਰੁਪਈਏ ਲਾ ਲਓ ਤੁਸੀਂ ਜੋੜਨ 'ਚ, ਕਿੰਨਾ ਟਾਈਮ ਲੱਗੂਗਾ ਡਰਾਈਵਰ? ਜਾਂ ਤਾਂ ਕਹਿੰਦੇ 10 ਸਾਲ ਦਾ ਸਜ਼ਾ, 10 ਸਾਲ ਦੀ ਜੇਲ੍ਹ ਰਹੂਗਾ ਤਾਂ ਫਿਰ ਨਿਆਣੇ ਕੀ ਕਰਨਗੇ ਪਿੱਛੋਂ? ਅਸੀਂ ਕਹਿਣਾ ਚਾਹੁੰਦੇ ਹਾਂ ਜੀ, ਜਿਹੜੇ ਇਹ ਕਾਲੇ ਕਾਨੂੰਨ ਬਣਾਏ ਆ ਜੀ, ਕੋਈ ਵੀ ਬੰਦਾ ਕੋਈ ਵੀ ਡਰਾਈਵਰ ਹੈ, ਕਿਸੇ ਦਾ ਮਨ ਨਹੀਂ ਕਰਦਾ ਕੋਈ ਐਕਸੀਡੈਂਟ ਕਰੇ, ਕੋਈ ਕੁਛ ਕਰੇ। ਡਰਾਈਵਰ ਬੰਦਾ ਜਾਨਵਰ ਨੂੰ ਵੀ ਬਚਾ ਕੇ ਲੰਘਦਾ ਜੀ, ਜਿਹੜਾ ਐਡਾ ਬੜਾ ਹੁਣ ਇਹਨਾਂ ਨੇ ਕਾਨੂੰਨ ਲਾ ਤਾ ਵੀ ਇਹ ਗਰੀਬ ਆਦਮੀ ਡਰਾਈਵਰ ਕਿੱਥੋਂ ਪੂਰਾ ਕਰੂਗਾ ਜੀ? ਬਾਈ ਚਾਂਸ ਕਿਸੇ ਤੋਂ ਕੋਈ ਇਹ ਹੋ ਵੀ ਜਾਂਦੀ ਹੈ, ਉਹਦਾ ਤਾਂ ਜੀ ਘਰ ਬਾਰ ਵੇਚ ਕੇ ਵੀ ਇੰਨੇ ਪੈਸੇ ਇਕੱਠੇ ਨਹੀਂ ਆਉਣੇ। ਕੋਈ ਵੀ ਬੰਦਾ ਇਹ ਕੋਈ ਵੀ ਕੁਛ ਹੈ, ਕੋਈ ਮਰ ਜਾਂਦਾ, ਕੁਛ ਡੈਥ ਹੋ ਜਾਂਦੀ ਆ, ਉਹਦਾ ਦੇਖੋ ਤੁਸੀਂ ਸਭ ਤੋਂ ਜ਼ਿਆਦਾ ਉਹ ਡਰਾਈਵਰ ਨੂੰ ਹੁੰਦਾ ਵੀ ਮੈਨੂੰ ਆਹ ਚੀਜ਼ ਕਿਵੇਂ ਹੋ ਗਈ। ਉਹ ਸੋਚਦਾ ਸੋਚੇ ਉਦੋਂ ਕੋਈ ਹੋਰ ਹੋ ਜਾਂਦਾ ਜੀ, ਉਹਦੇ 'ਤੇ ਉਹ ਆਪ ਉਹ ਕਰਦਾ ਜੀ। ਅਸੀਂ ਚਾਹੁੰਦੇ ਹਾਂ ਵੀ ਇਹ ਕਾਲੇ ਕਾਨੂੰਨ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਕਿ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ। ਇਹਨਾਂ ਦਾ ਕਹਿਣਾ ਵਾ ਵੀ ਕਿਸੇ ਕੋਈ ਵੀ ਡਰਾਈਵਰ ਵਾ ਕੋਈ ਵਹੀਕਲ ਚਲਾਉਂਦਾ ਉਹਦਾ ਦਿਲ ਨਹੀਂ ਕਰਦਾ ਕੋਈ ਉਹਦੇ ਥੱਲੇ ਐਕਸੀਡੈਂਟ ਤੋਂ, ਕਿਉਂਕਿ ਬੰਦਾ ਮਰੇ, ਕੋਈ ਭਿਆਨਕ ਐਕਸੀਡੈਂਟ ਹੋਵੇ ਜਿਹਦੇ ਨਾਲ ਕੋਈ ਨੁਕਸਾਨ ਹੋਵੇ, ਉਹਦਾ ਵੀ ਧਿਆਨ ਰੱਖਦਾ ਵਾ ਕੋਈ ਕੋਈ ਇਹੋ ਜਿਹੀ ਦੁਰਘਟਨਾ ਨਾ ਵਾਪਰੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਜੀ ਰੋਜ਼ਾਨਾ ਸਪੋਕਸਮੈਨ। ਅੱਜ ਅਸੀਂ ਗੱਲ ਕਰਾਂਗੇ ਜਿਹੜੇ ਕੇਂਦਰ ਸਰਕਾਰ ਵੱਲੋਂ ਜਿਹੜੇ ਕਾਨੂੰਨ ਬਣਾਇਆ ਗਿਆ ਵਾ, ਉਹ ਜਿਹੜਾ ਸਰਕਾਰ ਨੇ ਕਾਨੂੰਨ ਬਣਾਇਆ ਉਹਦੇ ਸੰਬੰਧ ਵਿੱਚ ਡਰਾਈਵਰ ਜਿਹੜੇ ਸਾਡੇ ਮੇਰੇ ਨਾਲ ਬੈਠੇ ਹੋਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ। ਜਿਹੜਾ ਜਿਹੜਾ ਕਾਨੂੰਨ ਬਣਾਇਆ ਕਿਸ ਤਰ੍ਹਾਂ ਦਾ, ਠੀਕ ਹੈ ਗਲਤ ਆ? ਭਾਈ ਕੀ ਨਾਮ ਤੁਹਾਡਾ ਜੀ? ਵਿਨੋਦ ਕੁਮਾਰ ਜੀ। ਵਿਨੋਦ ਕੁਮਾਰ ਜੀ, ਇਹ ਤੁਸੀਂ ਗੱਡੀ ਕਿੰਨੇ ਚਿਰ ਤੋਂ ਚਲਾ ਰਹੇ ਜੀ? 15 ਸਾਲ ਹੋ ਗਏ ਸਰ ਜੀ। ਸਰ 15 ਸਾਲਾਂ ਵਿੱਚ ਤੁਹਾਨੂੰ ਤੇ ਹੁਣ ਦੇ ਵਿੱਚ ਕੀ ਫਰਕ ਨਜ਼ਰ ਆਉਂਦਾ? ਬੜਾ ਫਰਕ ਹੈ ਜੀ। 15 ਸਾਲਾਂ ਵਿੱਚ ਪਹਿਲਾਂ ਕੋਈ ਟ੍ਰੈਫਿਕ ਨਹੀਂ ਹੁੰਦਾ, ਇਹ ਬੜਾ ਹੁਣ ਟ੍ਰੈਫਿਕ ਆ ਜ਼ਿਆਦੀਆਂ, ਅਤੇ ਕਾਰ ਵਾਲੇ ਜਿਹੜੇ ਆ ਦੇਖਦੇ ਨਹੀਂ, ਕਾਰ ਵਾਲੇ ਹੋਏ ਮੋਟਰਸਾਈਕਲ ਹੋਏ ਦੇਖਦੇ ਨੇ, ਥੱਲੇ ਉਹਦੇ ਲੈ ਕੇ ਵਾੜ ਦਿੰਦੇ ਆ, ਅਤੇ ਦੋਸ ਲਾ ਦਿੰਦੇ ਵੱਡੀ ਗੱਡੀ ਵਾਲੇ ਦਾ, ਕਸੂਰ ਆ ਜੀ। ਜਿਹੜਾ ਸਰਕਾਰ ਨੇ ਕੇਂਦਰ ਸਰਕਾਰ ਨੇ ਬਣਾਇਆ ਵਾ, ਉਹ ਕਿਸ ਤਰ੍ਹਾਂ ਵੇਖਦੇ ਉਹਨੂੰ, ਠੀਕ ਬਣਿਆ ਕਿ ਗਲਤ? ਬਹੁਤ ਗਲਤ ਬਣਿਆ ਜੀ ਇਹ। ਕਿਉਂ? ਬਹੁਤ ਗਲਤ ਬਣਿਆ। ਡਰਾਈਵਰ ਬੰਦਾ ਵਿਚਾਰਾ ਕਿੱਥੋਂ ਦਊ 7 ਲੱਖ ਰੁਪਈਏ? 7 ਲੱਖ ਰੁਪਈਏ 7,000 ਤਨਖਾਹ ਡਰਾਈਵਰ ਦਾ, ਅਤੇ 7 ਲੱਖ ਰੁਪਈਏ ਲਾ ਲਓ ਤੁਸੀਂ ਜੋੜਨ 'ਚ, ਕਿੰਨਾ ਟਾਈਮ ਲੱਗੂਗਾ ਡਰਾਈਵਰ? ਜਾਂ ਤਾਂ ਕਹਿੰਦੇ 10 ਸਾਲ ਦਾ ਸਜ਼ਾ, 10 ਸਾਲ ਦੀ ਜੇਲ੍ਹ ਰਹੂਗਾ ਤਾਂ ਫਿਰ ਨਿਆਣੇ ਕੀ ਕਰਨਗੇ ਪਿੱਛੋਂ ਮਗਰੋਂ? ਅਤੇ ਕਾਨੂੰਨ ਫਿਰ ਸਹੀ ਆ ਕਿ ਕਸੂਰ? ਜਿਹਦਾ ਹੋਵੇ ਤਾਂ ਸਹੀ ਆ, ਕਸੂਰ ਨਹੀਂ ਹੈ ਤਾਂ ਫਿਰ ਕਾਰ ਵਾਲੇ ਲੈ ਕੇ ਥੱਲਿਓਂ ਵਾੜ ਦਿੰਦੇ ਜੀ, ਲਾ ਦਿੰਦੇ ਟਰੱਕ ਵਾਲੇ ਦੇ ਕਸੂਰ, ਸਕੂਟਰ ਵਾਲੇ ਲੈ ਕੇ ਲਾ ਦਿੰਦੇ, ਮੋਟਰਸਾਈਕਲ ਲੈ ਕੇ ਲਾ ਦਿੰਦੇ ਡਰਾਈਵਰ ਤੋਂ ਕਸੂਰ। ਕਸੂਰ ਕਸੂਰ ਡਰਾਈਵਰ ਦਾ ਕਸੂਰ, ਜਿਹਦਾ ਕਸੂਰ ਹੋਵੇ ਸਜ਼ਾ ਉਹਨੂੰ ਹੋਵੇ। ਹਾਂਜੀ, ਕੀ ਸੋਧ ਕੀ ਹੋਣੀ ਚਾਹੀਦੀ ਤੁਹਾਡੇ ਹਿਸਾਬ ਨਾਲ? ਪਹਿਲਾਂ ਤਾਂ ਹੈਗਾ ਸੀਗਾ ਵੀ 2 ਸਾਲ ਦੀ ਮਤਲਬ ਕਿ ਸਜ਼ਾ ਸੀ, ਕੁਛ ਜੁਰਮਾਨਾ ਸੀਗਾ, ਅਤੇ ਹੁਣ ਸਰਕਾਰ ਨੇ ਜੁਰਮਾਨਾ ਵੀ ਵਧਾ ਤਾ ਅਤੇ ਸਜ਼ਾ ਵੀ ਵਧਾ ਤੀ ਆ। ਇਹ ਤਾਂ ਬਹੁਤ ਗਲਤ ਹੈ ਜੀ, ਇਹ ਬਹੁਤ ਗਲਤ ਆ, ਇਹ ਰੱਦ ਕਰ ਦਿਆ ਜਾਵੇ ਜੀ। ਬਿਲਕੁਲ ਜੀ, ਇਹਨਾਂ ਦਾ ਕਹਿਣਾ ਵਾ ਵੀ ਜਿਹੜਾ ਕਾਨੂੰਨ ਸਰਕਾਰ ਵੱਲੋਂ ਬਣਾਇਆ ਗਿਆ ਉਹ ਰੱਦ ਕਰਨਾ ਚਾਹੀਦਾ। ਮੇਰੇ ਨਾਲ ਹੋਰ ਵੀ ਡਰਾਈਵਰ ਹੈਗੇ, ਭਾਈ ਗੱਲ ਕੀ ਕਹਿਣਾ? ਅਸੀਂ ਕਹਿਣਾ ਚਾਹੁੰਦੇ ਹਾਂ ਜੀ, ਜਿਹੜੇ ਇਹ ਕਾਲੇ ਕਾਨੂੰਨ ਬਣਾਏ ਆ ਜੀ, ਕੋਈ ਵੀ ਬੰਦਾ ਕੋਈ ਵੀ ਡਰਾਈਵਰ ਹੈ, ਕਿਸੇ ਦਾ ਮਨ ਨਹੀਂ ਕਰਦਾ ਕੋਈ ਐਕਸੀਡੈਂਟ ਕਰੇ, ਕੋਈ ਕੁਛ ਕਰੇ। ਡਰਾਈਵਰ ਬੰਦਾ ਜਾਨਵਰ ਨੂੰ ਵੀ ਬਚਾ ਕੇ ਲੰਘਦਾ ਜੀ, ਜਿਹੜਾ ਐਡਾ ਬੜਾ ਹੁਣ ਇਹਨਾਂ ਨੇ ਕਾਨੂੰਨ ਲਾ ਤਾ ਵੀ ਇਹ ਗਰੀਬ ਆਦਮੀ ਡਰਾਈਵਰ ਕਿੱਥੋਂ ਪੂਰਾ ਕਰੂਗਾ ਜੀ।
ਬਾਈ ਚਾਂਸ ਕਿਸੇ ਤੋਂ ਕੋਈ ਇਹ ਹੋ ਵੀ ਜਾਂਦੀ ਹੈ, ਉਹਦਾ ਤਾਂ ਜੀ ਘਰ ਬਾਰ ਵੇਚ ਕੇ ਵੀ ਇੰਨੇ ਪੈਸੇ ਇਕੱਠੇ ਨਹੀਂ ਆਉਣੇ, ਉਹ ਕਿੱਥੋਂ ਘਰ ਚਲਾਊਗਾ ਜੀ, ਕਿੱਥੋਂ ਪੈਸੇ ਇਕੱਠੇ ਕਰੂਗਾ ਜੀ। ਸਾਡੀ ਤਾਂ ਇਹੀ ਮੰਗ ਹੈ ਜੀ ਕਿ ਇਹ ਕਾਨੂੰਨ ਬੰਦ ਕੀਤਾ ਜਾਵੇ। ਡਰਾਈਵਰ ਵੀਰਾਂ ਵਾਸਤੇ ਇਹ ਕਾਨੂੰਨ ਬਹੁਤ ਗਲਤ ਹੈ ਜੀ, ਕਿੱਥੋਂ ਪੈਸੇ ਪੂਰੇ ਕਰੂ, ਕਿੱਥੋਂ ਜਵਾਕ ਪਾਲੂਗਾ ਜੀ। ਅਗਰ ਉਹਨੂੰ ਬਾਈ ਚਾਂਸ ਸਜ਼ਾ ਹੋ ਜਾਂਦੀ ਆ, ਉਹਦੇ ਜਵਾਕ ਰੁਲ ਜਾਣੇ ਆ ਜੀ, ਇੱਦਾਂ ਦਾ ਡਰਾਈਵਰ ਜਿਹੜੀ ਇਹ ਡਰਾਈਵਰ ਉਹ ਹੈ, ਇਹ ਸਾਰੀ ਖਤਮ ਹੋ ਜੂਗੀ ਜੀ, ਕੋਈ ਗੱਡੀ ਚਲਾਉਣ ਜੋਗਾ ਨਹੀਂ ਜੀ ਰਹੂਗਾ, ਫਿਰ ਕਿਵੇਂ ਗੱਡੀਆਂ ਚਲਾਉਣਗੇ ਲੋਕ। ਕੋਈ ਵੀ ਬੰਦਾ ਇਹ ਕੋਈ ਵੀ ਕੁਛ ਹੈ, ਕੋਈ ਮਰ ਜਾਂਦਾ, ਕੁਛ ਡੈਥ ਹੋ ਜਾਂਦੀ ਆ, ਉਹਦਾ ਦੇਖੋ ਤੁਸੀਂ ਸਭ ਤੋਂ ਜ਼ਿਆਦਾ ਉਹ ਡਰਾਈਵਰ ਨੂੰ ਹੁੰਦਾ ਵੀ ਮੈਥੋਂ ਆਹ ਚੀਜ਼ ਕਿਵੇਂ ਹੋ ਗਈ। ਉਹ ਸੋਚਦਾ ਸੋਚ ਕੇ ਉਦੋਂ ਕੋਈ ਹੋਰ ਹੋ ਜਾਂਦਾ ਜੀ, ਉਹਦੇ 'ਤੇ ਵੀ ਉਹ ਆਪ ਉਹ ਕਰਦਾ ਜੀ। ਕੋਈ ਵੀ ਬੰਦਾ ਡਰਾਈਵਰ ਵੀਰ ਹੈ, ਕੋਈ ਨਹੀਂ ਚਾਹੁੰਦਾ ਜੀ ਕਿ ਮੈਂ ਐਕਸੀਡੈਂਟ ਕਰਾਂ। ਇਸ ਲਈ ਇਹ ਅਸੀਂ ਚਾਹੁੰਦੇ ਹਾਂ ਵੀ ਇਹ ਕਾਲੇ ਕਾਨੂੰਨ, ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਕਿ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ। ਬਿਲਕੁਲ ਜੀ, ਇਹਨਾਂ ਦਾ ਕਹਿਣਾ ਵਾ ਵੀ ਕਿਸੇ ਕੋਈ ਵੀ ਡਰਾਈਵਰ ਵਾ, ਕੋਈ ਵਹੀਕਲ ਚਲਾਉਂਦਾ, ਉਹਦਾ ਦਿਲ ਨਹੀਂ ਕਰਦਾ ਕੋਈ ਉਹਦੇ ਥੱਲੇ ਐਕਸੀਡੈਂਟ ਤੋਂ, ਕੋਈ ਬੰਦਾ ਮਰੇ, ਕੋਈ ਭਿਆਨਕ ਐਕਸੀਡੈਂਟ ਹੋਵੇ, ਜੇ ਤਾਂ ਕੋਈ ਨੁਕਸਾਨ ਹੋਵੇ ਉਹ ਉਹਦਾ ਵੀ ਧਿਆਨ ਰੱਖਦਾ ਵਾ, ਕੋਈ ਕੋਈ ਇਹੋ ਜਿਹੀ ਦੁਰਘਟਨਾ ਨਾ ਵਾਪਰੇ। ਮੇਰੇ ਨਾਲ ਇੱਕ ਹੋਰ ਡਰਾਈਵਰ ਅੱਗੇ ਬਾਈ, ਕੀ ਨਾਮ ਤੁਹਾਡਾ? ਸੁਰਿੰਦਰ ਸਿੰਘ ਜੀ। ਸੁਰਿੰਦਰ ਸਿੰਘ ਜੀ, ਕਿੰਨਾ ਚਿਰ ਗੱਡੀ ਚਲਾਉਂਦੇ ਹੋ? 12 ਸਾਲ ਹੋ ਗਏ। ਸਰ, ਜਿਹੜਾ ਕਾਨੂੰਨ ਬਣਾਇਆ ਇਹਨੂੰ ਕਿਸ ਤਰ੍ਹਾਂ ਵੇਖਦੇ ਵਾ? ਨਹੀਂ, ਸਹੀ ਨਹੀਂ ਹੈ। ਕੀ ਸਹੀ ਨਹੀਂ ਜੀ? ਸਹੀ ਹੈ ਕਿ ਵੇਖੋ ਜੀ, ਜਿੰਨੀ ਟ੍ਰੈਫਿਕ ਹੋ ਰਹੀ ਆ, ਜਿੰਨਾ ਰਸ਼ ਹੋ ਰਿਹਾ ਵਾ, ਥੋੜ੍ਹਾ ਬਹੁਤਾ ਕਿਤੇ ਨਾ ਕਿਤੇ ਗਲਤੀ ਕਿਸੇ ਦੀ ਹੁੰਦੀ ਆ, ਫੜਿਆ ਕੋਈ ਜਾਂਦਾ ਜਾਂ ਮੰਨ ਲਓ ਗੱਡੀ ਕਸੂਰ ਕੱਢਿਆ ਜਾਂਦਾ ਵਾ ਵੱਡੀ ਚੀਜ਼ ਦਾ। ਜਿਵੇਂ ਅਸੀਂ ਹੈਵੀ ਟਰੱਕ ਚਲਾਉਂਦੇ ਹਾਂ, ਸਾਨੂੰ ਉਹਦੇ ਇਹ ਹੁੰਦਾ ਕਿ ਚੱਲ ਇੱਧਰੋਂ ਕੋਈ ਆ ਗਏ, ਇੱਧਰੋਂ ਕੋਈ ਆ ਜਾਏ, ਤਾਂ ਕਸੂਰ ਹੁੰਦਾ ਵਾ ਛੋਟੀ ਚੀਜ਼ ਦਾ, ਨਿਕਲਾਉਂਦਾ ਵੱਡੀ ਚੀਜ਼ ਦਾ। ਕੋਈ ਤੁਹਾਡੇ ਸੁਝਾਅ ਕੋਈ ਹੈਗਾ ਸਰਕਾਰ ਨੂੰ, ਕੋਈ ਸੁਝਾਅ ਦਿੱਤਾ ਜਾਵੇ ਵੀ ਇੰਸ਼ੋਰੈਂਸ ਕੀਤੀ ਜਾਵੇ ਜਾਂ ਕੋਈ ਇਹੋ ਜਿਹਾ ਹੋਵੇ ਜੋ ਵੀ ਇੱਕ ਡਰਾਈਵਰ 'ਤੇ ਨਾ ਇਹ ਗੱਲ ਪਵੇ? ਸਰ, ਇੰਸ਼ੋਰੈਂਸ ਤਾਂ ਜੇ ਦੇਖੀਏ ਵੀ ਡਰਾਈਵਰ ਨੂੰ, ਜਿਵੇਂ ਹੁਣ ਕੋਈ ਉਹ ਕਹਿੰਦੇ ਜੀ ਡਰਾਈਵਰ ਭੱਜ ਜਾਂਦਾ, ਉਹਨੂੰ ਇੰਨਾ ਜੁਰਮਾਨਾ ਕਰਨਾ ਚਾਹੀਦਾ। ਜੇ ਮੌਕੇ 'ਤੇ ਬਾਈ ਚਾਂਸ ਕਸੂਰ ਕਿਸੇ ਦਾ ਹੋਵੇ, ਡਰਾਈਵਰ ਦੀ ਮੌਤ ਹੋ ਜਾਂਦੀ ਆ, ਤਾਂ ਉਹਨੂੰ ਵੀ ਕੁਛ ਨਾ ਕੁਛ ਦੇਣਾ ਚਾਹੀਦਾ, ਉਹਦੇ ਵਾਸਤੇ ਵੀ ਕੋਈ ਇੰਸ਼ੋਰੈਂਸ, ਕੋਈ ਕੁਛ ਸਰਕਾਰ ਨੂੰ ਕੋਈ ਬੀਮਾ ਕੱਢਣਾ ਚਾਹੀਦਾ ਵੀ ਅਗਰ ਮੌਕੇ 'ਤੇ ਡਰਾਈਵਰ ਦੀ ਡੈਥ ਹੋ ਜਾਂਦੀ ਆ, ਤਾਂ ਉਹਨੂੰ ਵੀ ਕੁਛ ਨਾ ਕੁਛ ਸਰਕਾਰ ਵੱਲੋਂ ਕੋਈ 5 ਲੱਖ 6 ਲੱਖ ਰੁਪਇਆ ਉਹਦੇ ਬੱਚਿਆਂ ਨੂੰ ਕਿਸੇ ਨੂੰ ਕੁਛ ਦੇਣਾ ਚਾਹੀਦਾ। ਜਿਹੜਾ ਅਸੀਂ ਗੱਲ ਕਰ ਰਹੇ, ਜਿਸ ਤਰ੍ਹਾਂ ਸਰਕਾਰ ਕੋਈ ਸੋਧ ਕਰੇ ਵੀ ਇਸ ਤਰ੍ਹਾਂ ਕਾਨੂੰਨ ਬਣਾਵੇ, ਕੋਈ ਐਕਸੀਡੈਂਟ ਕੋਈ ਵੀ ਥੱਲੇ ਗੱਡੀ ਥੱਲੇ, ਕੋਈ ਟਰੱਕ ਥੱਲੇ ਜਾਂ ਕੋਈ ਵੀ ਵਹੀਕਲ ਥੱਲੇ, ਮੈਂ ਇਕੱਲੀ ਟਰੱਕਾਂ ਦੀ ਗੱਲ ਨਹੀਂ, ਸਾਰੇ ਵਹੀਕਲਾਂ ਦੀ ਆਪਾਂ ਗੱਲ ਕਰ ਰਹੇ, ਉਹਦੇ ਥੱਲੇ ਬੰਦਾ ਮਰ ਜਾਂਦਾ ਵਾ, ਉਹਦੇ ਵਾਸਤੇ ਸਰਕਾਰ ਨੂੰ ਕੋਈ ਚੇਂਜ ਬਦਲਾਅ ਵਾਸਤੇ ਕੀ ਕਰਨਾ ਚਾਹੀਦਾ? ਕੋਈ ਜਿਵੇਂ ਹੁਣ ਇਹ ਕਾਰਾਂ ਵਾਲੇ ਨੇ, ਬੱਸਾਂ ਵਾਲੇ ਨੇ, ਇਹਨਾਂ ਦੇ ਮਤਲਬ ਕਾਰਾਂ ਦੀ ਯਾਰ ਇਹਨਾਂ ਦੀ ਕੋਈ ਉਹ ਬਣਾਉਣੀ ਚਾਹੀਦੀ ਆ ਵੀ ਇਹ ਲੱਗ ਚੱਲਣ, ਟਰੱਕ ਲੱਗ ਚੱਲਣ, ਤਾਂ ਕੋਈ ਸੁਧਾਰ ਹੋ ਸਕਦਾ ਜੀ। ਜਿਵੇਂ ਹੁਣ ਇੱਧਰੋਂ ਮੋਟਰਸਾਈਕਲ ਵਾਲਾ ਆ ਗਿਆ, ਇੱਧਰੋਂ ਕਾਰ ਵਾਲਾ ਆ ਗਿਆ, ਟਰੱਕ ਵਾਲਾ ਕੀ ਕਰੋ, ਕਿੱਧਰੋਂ ਜਾਊਗਾ ਦੱਸੋ? ਬਿਲਕੁਲ ਜੀ, ਇਹਨਾਂ ਦਾ ਕਹਿਣਾ ਵਾ ਵੀ ਜਿੱਦਾਂ ਸਰਕਾਰ ਨੂੰ ਜਿਸ ਤਰ੍ਹਾਂ ਸੜਕਾਂ ਵਾ ਵੱਖਰੇ ਵੱਖਰੇ ਵੱਡੀਆਂ ਵਹੀਕਲ ਵਾਸਤੇ ਵੱਖਰੀਆਂ ਸੜਕਾਂ ਹੋਣੀ ਚਾਹੀਦੀਆਂ, ਛੋਟੇ ਵਹੀਕਲਾਂ ਵਾਸਤੇ ਵੱਖਰੀਆਂ ਹੋਣ, ਤਾਂ ਉਹਦੇ ਨਾਲ ਥੋੜ੍ਹਾ ਜਿਹਾ ਇਹੋ ਜਿਹੇ ਜਿਹੜੇ ਐਕਸੀਡੈਂਟ ਮਤਭਾਗੇ ਹੁੰਦੇ ਆ ਉਹ 'ਤੇ ਵੀ ਸੁਧਾਰ ਹੋ ਸਕਦਾ। ਹਾਂਜੀ ਭਾਅ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਠੀਕ ਹੈ ਭਾਈ ਹੋਰਾਂ ਦੀ ਗੱਲ ਵੀ, ਚਲੋ ਕੀ ਮੰਗ ਕਰਦੇ ਸਰਕਾਰ ਕੋਲ ਜਿਹੜਾ ਕਾਨੂੰਨ ਬਣਿਆ? ਅਸੀਂ ਮੰਗ ਇਹੋ ਕਰਦੇ ਹਾਂ ਕਿ ਇਹ ਜੋ ਕਾਨੂੰਨ ਆ ਇਹ ਰੱਦ ਕੀਤਾ ਜਾਵੇ। ਅਸੀਂ ਸਰਕਾਰ ਦਾ ਬਹੁਤ ਬਹੁਤ ਥੈਂਕ ਯੂ ਸ਼ੁਕਰਗੁਜ਼ਾਰ ਹੋਵਾਂਗੇ। ਬਿਲਕੁਲ ਜੀ, ਇਹਨਾਂ ਦਾ ਕਹਿਣਾ ਵਾ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਕਾਨੂੰਨ ਪਾਸ ਕੀਤਾ ਗਿਆ ਵਾ, ਉਹਨੂੰ ਜਿਹੜਾ ਰੱਦ ਹੋਣਾ ਚਾਹੀਦਾ ਵਾ,
ਕਿਉਂਕਿ ਕਾਲੇ ਕਾਨੂੰਨਾਂ ਵਿੱਚ ਇਹਨਾਂ ਨੇ ਮੰਨਿਆ ਵੀ ਕਾਲੇ ਕਾਨੂੰਨ ਜਿਹੜਾ ਸਰਕਾਰ ਨੇ ਪਾਸ ਕੀਤੇ ਡਰਾਈਵਰਾਂ ਉੱਤੇ ਬਹੁਤ ਹੀ ਹਾਨੀਕਾਰਕ ਆ, ਕਿਉਂਕਿ ਇਹਨਾਂ ਡਰਾਈਵਰਾਂ ਦੀ ਇੰਨੀ ਤਨਖਾਹ ਨਹੀਂ ਹੈਗੀ, 7-7, 8-8, 10,000 ਤੋਂ ਵੱਧ ਤਨਖਾਹ ਨਹੀਂ ਕਿਸੇ ਦੀ ਹੈਗੀ, ਔਰ ਕਾਫੀ ਹਾਂਜੀ ਤਨਖਾਹ 25-25 ਹਜ਼ਾਰ ਕੀਤਾ ਜਾਣ, ਤਨਖਾਹ ਬਹੁਤ ਘੱਟ ਹੈ ਜੀ, ਵਿਚਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਜੀ। ਕਿਰਾਇਆ ਵੀ ਵਧਾਇਆ ਜਾਵੇ, ਜਿਹੜਾ ਕਿਰਾਇਆ ਵਧੂਗਾ ਸਭ ਕੁਝ ਵਧੂਗਾ, ਚਲੋ ਫਿਰ ਠੀਕ ਆ, ਮਤਲਬ ਕਿ ਥੋੜ੍ਹਾ ਜਿਹਾ ਇਹਨਾਂ ਦੀ ਫਾਈਨੈਂਸ਼ਲੀ ਵੀ ਥੋੜ੍ਹਾ ਵੱਧ ਹੋਵੇ ਤਾਂ ਫਿਰ ਵੀ ਥੋੜ੍ਹਾ ਸੋਚ ਸਕਦੇ ਵੀ ਇਹੋ ਜਿਹਾ ਕਾਨੂੰਨ ਠੀਕ ਆ। ਬਾਕੀ ਇਹਨਾਂ ਦੇ ਕਾਨੂੰਨ ਦੀ ਖਿਲਾਫ ਵੀ ਤਾਂ ਕਿਹਾ ਵਾ ਵੀ ਕਾਨੂੰਨ ਰੱਦ ਹੋਣੇ ਚਾਹੀਦੇ ਆ। ਜੰਡਿਆਲਾ ਗੁਰੂ ਤੋਂ ਅਸ਼ਵਨੀ ਸ਼ਰਮਾ ਦੀ ਰਿਪੋਰਟ, ਰੋਜ਼ਾਨਾ ਸਪੋਕਸਮੈਨ।